हंसते हंसते रहो। ਕੁਗੀ ਪਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਫੌਜਦਾਰ ਸਾਹਿਬ, ਆ ਕਬੱਡੀ 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 ਕਬੱਡੀ, ਆ ਕਬੱਡੀ ਤੁਹਾਡੇ ਨਾਂ ਜੀ ਫੌਜ ਹੈ, ਬਦੋ ਬਦੀ ਲੜਨ ਨੂੰ ਜੀ ਕਰਦਾ। ਆਈ ਜਾ ਫਿਰ, ਕੁਗੀ ਭਾਜੀ ਗੋਲਡੀ ਦੇ ਨਾਲ ਹੁੰਦੀ ਨਾ ਰਾਜਕੌਰ, ਇਹ ਮੈਨੂੰ ਕਹਿੰਦੀ ਮਿੰਟੋ ਭਾਜੀ, ਮੈਂ ਖਬਰਦਾਰ ਜੀ ਮੈਨੂੰ ਭਾਜੀ ਕਿਹਾ ਤੇ ਪੰਜਾਬ 'ਚ ਮੈਂ ਇੱਕੋ ਭਾਜੀ ਆ ਘੁੱਗੀ ਭਾਜੀ, ਹੋਰ ਕੋਈ ਭਾਜੀ ਨਹੀਂ ਹੈਗਾ। ਪਰ ਮੈਨੂੰ ਲੋਕਾਂ ਦੀ ਸਮਝ ਨਹੀਂ ਆਉਂਦੀ, ਭਾਜੀ ਲਾ ਕੇ ਤੁਹਾਡਾ ਲਿੰਗ ਪਲਿੰਗ ਵਿਗਾੜਿਆ, ਘੁੱਗੀ ਫੀਮੇਲ ਭਾਜੀ ਮੇਲ, ਪਰ ਕਈ ਵਾਰ ਹਿਊਮਰ ਵੀ ਨਿਕਲ ਆਉਂਦਾ ਹੋਣਾ। ਮੈਨੂੰ ਲੱਗਦਾ ਆਪਣੇ ਘਰ 'ਚ ਕਈ ਵਾਲੀ ਆਪਣੀ ਵੋਟੀ ਕਹਿੰਦੀ ਹੋਣੀ ਹੈ, ਇਹ ਘੁੱਗੀ ਭਾਜੀ ਰੋਟੀ ਲੱਗੀ ਖਾ ਲਓ ਆ ਕੇ। ਮੈਨੂੰ ਤਾਂ ਮੇਰੀ ਵਾਈਫ ਵੀ ਕਹਿ ਜਾਂਦੀ ਗਈ ਯਾਰ ਘੁੱਗੀ ਭਾਜੀ, ਆ ਜਾਣਾ ਨਹੀਂ ਬਾਜ਼ਾਰ ਆਪਾਂ। ਜਦੋਂ ਇੰਗੇਜਮੈਂਟ ਹੋਈ ਹੋਣੀ ਭਾਬੀ ਜੀ ਨੂੰ ਉਹਦੀ ਸਹੇਲੀ ਫੋਨ ਕਰਦੀ ਹੋਣੀ ਹੈ, ਹਾਂ ਕਿਤੇ ਨਾ ਵਿਆਹ ਹੋਣ ਲੱਗਾ ਤੇਰਾ ਘੁੱਗੀ ਭਾਜੀ ਨਾਲ। ਫੌਜਦਾਰ ਸਾਹਿਬ ਸਾਡੇ ਮਹਿਮਾਨ ਆ, ਇਹ ਬੜੇ ਸਿੱਧੇ ਬੰਦੇ ਆ ਘੁੱਗੀ ਭਾਜੀ, ਇੰਨੇ ਸਿੱਧੇ ਮੂੰਹ 'ਤੇ ਗੱਲ ਕਹਿ ਦਿੰਦੇ ਆ। ਇਹਨਾਂ ਦਿੱਲੀ 'ਚੋਂ ਕੂਲਰ ਲਿਆ ਕਿਸ਼ਤਾਂ ਦੇ, ਅਗਲੇ ਪੈਸੇ ਲੈਣ ਆਏ, ਇਹਨਾਂ ਮੂੰਹ 'ਤੇ ਕਹਿਤਾ ਹੈ ਨਹੀਂ, ਕਰ ਲਓ ਜੋ ਕਰਨਾ ਨਹੀਂ ਦੇਣੇ, ਸਿੱਧੇ ਹੈਗੇ ਆ। ਇਹ ਸਟੈਂਡ ਬੜਾ ਲੈਂਦੇ ਆਪਣਾ, ਚੈਨਲ ਵਾਲਿਆਂ ਨੇ ਫੋਨ ਕੀਤਾ MH1 ਨੇ, ਕਹਿੰਦੇ ਮਹਾਰਾਜ ਆਓ ਤੁਹਾਨੂੰ 2 ਲੱਖ ਰੁਪਈਆ ਦੇਵਾਂਗੇ, ਕਹਿੰਦਾ ਨਾ ਨਹੀਂ ਆਊਂਗਾ। ਕਹਿੰਦੇ ਭਾਈ 2.5 ਲੱਖ ਰੁਪਏ ਦੇਵਾਂਗੇ ਇੱਕ ਐਪੀਸੋਡ ਦਾ, ਉਹ ਕਹਿੰਦੇ ਭਾਵੇਂ 4 ਲੱਖ ਦਿਓ ਮੈਂ ਨਹੀਂ ਆਉਣਾ। ਫਿਰ ਡਾਇਰੈਕਟਰ ਸਾਹਿਬ ਗਏ, ਦਿੱਕਤ ਕਿਆ ਹੈ ਭਾਈ, ਸੁਬਹ ਬ੍ਰੇਕਫਾਸਟ ਮੈਂ ਪੂੜੀਆਂ ਛੋਲੇ ਮਿਲਣਗੇ, ਫਿਰ ਜਾ ਕੇ ਮੰਨੇ ਆ ਕਿਤੇ। ਨਹੀਂ ਨਹੀਂ ਚਲੋ ਹੱਸ, ਆਪਣੀ ਥਾਂ ਤੇਰੇ ਪੈਸੇ ਇੰਨੇ ਡਨ ਹੋਏ ਆ। ਤੁਸੀਂ ਪੈਸੇ ਦੀ ਗੱਲ ਕਰ ਰਹੇ ਹੋ, ਛੋਲੇ ਵੀ ਨਹੀਂ ਮਿਲੇ ਮੈਨੂੰ ਤਾਂ ਭਾਈ। ਨਹੀਂ ਉਹ ਤਾਂ ਚਲੋ ਇੰਨਾ ਐਡੀਸ਼ਨ ਮਿਲੇ ਨਾ, ਪੈਸੇ ਤੁਹਾਡੇ ਜ਼ਿਆਦਾ ਦੱਸੇ ਇਹਨਾਂ ਨੇ ਮੈਨੂੰ ਮੇਰੇ ਨਾਲੋਂ। ਨਹੀਂ ਨਹੀਂ ਭਾਅ ਜੀ ਮੇਰੀ ਗੱਲ ਸੁਣੋ, ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਪੈਸੇ ਵੀ ਮਿਲਦੇ ਨੇ। ਹੁਣ ਇੱਥੇ ਮਾਹੌਲ ਇੱਦਾਂ ਦਾ, ਸਕ੍ਰਿਪਟਾਂ ਦੀ ਬੜੀ ਟੈਨਸ਼ਨ ਆ ਕਈਆਂ ਨੂੰ, ਖਾਸ ਕਰਕੇ ਰਾਜੀਵ ਗੋਲਡੀ ਨੂੰ, ਕਿਉਂਕਿ ਭਾਅ ਜੀ ਬਹੁਤ ਜ਼ਿਆਦਾ ਟੈਨਸ਼ਨ ਆ ਉਹਨੂੰ। ਮਤਲਬ ਬੰਦੇ ਦਾ ਵਕਤ ਫਿਰਦਾ, ਗੋਲਡੀ ਦਾ ਦਿਮਾਗ ਫਿਰ ਗਿਆ। ਪਤਾ ਨਹੀਂ ਕੀ ਹੋਇਆ, ਇੱਕਦਮ ਵੇਖਿਆ ਇੱਕ ਕੰਧ ਦੇ ਉੱਤੇ 2 ਕਬੂਤਰ ਬੈਠੇ, ਉਹਨਾਂ ਸਾਹਮਣੇ ਚਲਾ ਗਿਆ ਰਿਹਰਸਲ ਕਰਨ ਡਿਆ ਆਪਣੀ ਆੜਨ ਦੀ। ਕਿਉਂਕਿ ਭਾਅ ਜੀ ਸਤਿ ਸ਼੍ਰੀ ਅਕਾਲ, ਫੌਜਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸੋ ਬ੍ਰਿਗੇਡ ਰਾਜੀਵ ਗੋਲਡੀ ਫਰੋਮ ਚੰਡੀਗੜ੍ਹ ਸਰ, ਔਰ ਮੈਂ ਕਹਿਣਾ ਚਾਹੁੰਦਾ ਇੱਕ ਵਾਰ ਸਰ, ਇੱਕ ਬੱਚਾ ਹੁੰਦਾ ਆਪਣੀ ਆਈਟਮ ਸੁਣਾਉਣ ਲੱਗ ਪਿਆ, ਇੱਕ ਕਬੂਤਰ ਨੇ ਵੈਸੇ ਕਰਤਾ ਗੁਟਰੂ ਗੋ। ਅਰੇ ਫੌਜਦਾਰ ਸਾਹਿਬ ਥੈਂਕ ਯੂ ਫਾਰ ਰਿਸਪੋਂਡਿੰਗ, ਫਿਰ ਆਈਟਮ ਲਾਉਣ ਲੱਗ ਪਿਆ, ਦੂਜਾ ਕਬੂਤਰ ਉੱਡ ਗਿਆ ਆਪੇ ਹੀ ਬੋਲ ਪਿਆ, ਕਿਉਂਕਿ ਭਾਅ ਜੀ ਥੈਂਕ ਯੂ ਫਾਰ ਦਾ ਸਟੈਂਡਿੰਗ ਇਨਵੇਸ਼ਨ। ਤੋ ਸਿਆਣੇ ਕਹਿੰਦੇ ਨੇ ਵੀ ਵਧੀਆ ਬਣੋ, ਕਿਉਂਕਿ ਵਧੀਆ ਬੰਦਾ ਸਿੱਧਾ ਸਵਰਗ ਨੂੰ ਜਾਂਦਾ, ਪਰ ਮੈਂ ਕਹਿੰਦਾ ਮਾੜੇ ਬਣੋ, ਕਿਉਂਕਿ ਵਧੀਆ ਤਾਂ ਸਿਰਫ ਸਵਰਗ ਨੂੰ ਜਾਂਦਾ, ਘਟੀਆ ਬੰਦਾ ਕਿਤੇ ਵੀ ਜਾ ਸਕਦਾ। ਜਾਂਦੇ ਜਾਂਦੇ ਸਵਰਗਾਂ 'ਚ ਵੀ ਹੋ ਜਾਏ, ਕੀ ਫਰਕ ਪੈਂਦਾ। ਡਾਕਟਰ ਵੇਖ ਲਓ ਕਹਿੰਦੇ ਸਵੇਰੇ ਸਵੇਰੇ ਉੱਠੋ ਤਾਂ ਉਮਰ ਵੱਧਦੀ ਆ, ਆ ਮੁਰਗਾ ਵੇਖ ਲਓ ਸਭ ਤੋਂ ਸਵੇਰੇ ਪਹਿਲਾਂ ਉੱਠ ਕੇ ਬਾਂਗ ਦਿੰਦਾ, ਸ਼ਾਮੀ ਲੋਕਾਂ ਨੇ ਕੁੱਕਰ 'ਚ ਪਾ ਕੇ ਸ਼ਹੀਦ ਕੀਤਾ ਹੁੰਦਾ। ਹੁਣ ਪੰਜਾਬੀ ਸ਼ੋਅ ਆ ਤਾਂ ਪੰਜਾਬੀਆਂ ਦੀ ਗੱਲ ਤਾਂ ਹੋਊਗੀ, ਹੈ ਨਾ। ਪੰਜਾਬੀ ਕੌਮ ਡਿਫਰੈਂਟ, ਸਾਡੀ ਆਦਤ ਹੈਗੀ ਅਸੀਂ ਉਹ ਗੱਲ ਜ਼ਰੂਰ ਪੁੱਛਦੇ ਜਿਹੜੀ ਜਿਹੜੀ ਅੰਡਰਸਟੂਡ ਆ, ਜਿਹੜੀ ਪਤਾ ਵਾ। ਚੰਗੇ ਭਲੇ 4 ਬੰਦੇ ਅਰਥੀ ਲੈ ਕੇ ਜਾਣ ਡੇ, ਉਹਨਾਂ ਨੂੰ ਪੁੱਛਣਗੇ ਮਰ ਗਿਆ, ਉਹ ਕਹਿੰਦੇ ਨਹੀਂ ਮੇਲਾ ਲੱਗਾ, ਜਲੇਬੀਆਂ ਖਵਾਉਣ ਚੱਲੇ ਇਹਨੂੰ, ਕਿਸੇ ਦੇ ਘਰ ਜਾਣਗੇ। ਹਾਂਜੀ ਧਰਮਪਾਲ ਜੀ, ਅੰਦਰੋਂ ਆਵਾਜ਼ ਆਉਂਦੀ ਆ, ਹਾਂਜੀ ਮਹਾਰਾਜ ਘਰੇ ਹੀ ਆ, ਅੰਦਰੋਂ ਉਹਦਾ ਭੂਤ ਬੋਲਣ ਡਿਆ। ਵੈਸੇ ਕਈ ਵਾਰੀ ਬੰਦੇ ਦਾ ਗਲਾ ਖਰਾਬ ਹੋਏ ਨਾ, ਫਾਇਦਾ ਵੀ ਹੋ ਜਾਂਦਾ। ਇੱਦਾਂ ਇੱਕ ਬੰਦੇ ਦਾ ਗਲਾ ਖਰਾਬ ਸੀ, ਉਹ ਡਾਕਟਰ ਦੇ ਘਰ ਚਲਾ ਗਿਆ, ਡਾਕਟਰ ਸਾਹਿਬ ਘਰੇ ਨੇ, ਅੰਦਰੋਂ ਡਾਕਟਰ ਦੀ ਵਹੁਟੀ ਦੀ ਆਵਾਜ਼ ਆਈ, ਆ ਜਾਓ ਅੰਦਰ ਹੈ ਨਹੀਂ ਘਰ। ਪੰਜਾਬੀ ਕੌਮ ਉਹ ਕੌਮ ਆ, ਚੁੱਪ ਵੀ ਕੀਤੀ ਨਾ ਲੋਕ ਡਰਦੇ ਆ। ਫਾਰ ਐਗਜ਼ਾਮਪਲ PM ਮਨਮੋਹਨ ਸਿੰਘ ਸਾਹਿਬ ਚੁੱਪ ਰਹਿੰਦੇ ਸੀ, ਪਰ ਉਹਨਾਂ ਦੀ ਚੁੱਪ ਤੋਂ ਲੋਕ ਡਰਦੇ ਸੀ, ਯਾਰ ਇੰਨਾ ਪੜ੍ਹਿਆ ਲਿਖਿਆ ਬੰਦਾ ਚੁੱਪ ਹੈ, ਕੁਝ ਤਾਂ ਸੋਚਦਾ ਹੋਣਾ। ਪੰਜਾਬੀ ਕੌਮ ਇੱਦਾਂ ਦੀ ਅਗਰੈਸ਼ਨ, ਸਾਡੇ 'ਚ ਅਗਰੈਸ਼ਨ ਬਹੁਤ, ਸਾਡਾ ਕੋਈ ਕਸੂਰ ਨਹੀਂ, ਸਾਡਾ ਕਲਚਰ ਅਗਰੈਸ਼ਨ ਵਾਲਾ, ਸਾਡਾ ਤਾਂ ਫੋਕ ਵੀ ਇੱਥੋਂ ਸ਼ੁਰੂ ਹੁੰਦਾ, ਉਹ ਜੱਟ ਝੜ ਦੇ ਮੇਰੇ ਜੈ ਖਾਣ ਨੂੰ, ਉਹ ਸੱਚੀ ਮਿਰਜ਼ਾ ਖਾਣ ਨੂੰ ਪੈਣ ਡਿਆ ਅਗਲੇ ਨੂੰ। ਸਾਹਿਬਾਂ ਦਾ ਤਾਂ ਐਵੇਂ ਵਿਚਾਰੀ ਦਾ ਨਾਂ ਲੱਗ ਗਿਆ, ਮਿਰਜ਼ਾ ਆਪਣੀ ਕਰਤੂਤੇ ਮਰਿਆ, ਇੰਨੀ ਜ਼ੋਰ ਦੀ ਬੋਲਿਆ ਸਾਹਿਬਾਂ ਨੂੰ, ਉਹਦੇ ਭਰਾਵਾਂ ਨੂੰ ਘਰੇ ਬੈਠਿਆਂ ਨੂੰ ਪਤਾ ਲੱਗ ਗਿਆ ਕਿੱਥੋਂ ਆਵਾਜ਼ ਆਉਣੀ, ਉਹਨਾਂ ਨੇ ਤੀਰ ਚੁੱਕੇ ਉੱਧਰ ਹੀ ਛੱਡੇ ਆ, ਇੱਥੇ ਮਣਕਾ ਤੋੜਿਆ ਮਿਰਜ਼ੇ ਦਾ। ਵੀ ਤੁਸੀਂ ਹਿਸਾਬ ਲਾ ਲਓ ਵੀ ਅੱਜ ਵੀ ਲੋਕ ਮਿਰਜ਼ਾ ਗਾਉਂਦੇ ਨਾ, ਇੰਨਾ ਜ਼ੋਰ ਮਿਰਜ਼ੇ ਦਾ ਸਾਹਿਬਾਂ ਨੂੰ ਭਜਾਉਣ 'ਤੇ ਨਹੀਂ ਲੱਗਾ ਹੋਣਾ ਜਿੰਨਾ ਗਾਉਣ 'ਤੇ ਲਾ ਦਿੰਦੇ ਆ। ਉੱਤੋਂ ਰਾਂਝਾ, ਮੈਨੂੰ ਰਾਂਝੇ ਦੀ ਸਮਝ ਨਹੀਂ ਆਉਂਦੀ, ਦਲਿੱਦਰ ਦੀ ਪੰਡ, 12 ਸਾਲ ਵੇਖ ਲਓ ਮੱਝਾਂ ਚਾਰਦਾ ਰਿਹਾ, ਇੱਕ ਕੁੜੀ ਨਹੀਂ ਚਾਰੀ ਗਈ, ਉਹ ਵਿਆਹ ਕਰਾ ਕੇ ਕਈ ਹੋਰ ਦੇ ਘਰ ਚਲੀ ਗਈ, ਇਹ ਮੁੰਦਰਾਂ ਪਾ ਕੇ ਫਿਰ ਪਿੱਛੇ ਪਿੱਛੇ। ਵੀ ਮੈਂ ਹਿਸਾਬ ਲਿਆ ਇਹਨੇ ਆਸ਼ਕੀ ਨਹੀਂ ਕੀਤੀ, ਕੁੜੀ ਨੂੰ ਬਸ ਪ੍ਰਭਾਵਿਤ ਹੀ ਕੀਤਾ ਹੈ। ਅਗਰੈਸ਼ਨ ਸਾਡੇ ਵਿੱਚ ਆਲਰੇਡੀ ਹੈਗਾ। ਸੋ ਸਭ ਤੋਂ ਵੱਡੀ ਸ਼ੋਸ਼ੇਬਾਜੀ ਅੱਜ ਕੱਲ੍ਹ ਚੱਲਣ ਦੀ ਨਾ ਸਿੰਗਿੰਗ ਦੀ,
ਕਦੀ ਵੀ ਕਿਸੇ ਕੋਲ ਵੇਖ ਲਓ, ਕਿਸੇ ਕੋਲ ਪੁੱਛ ਲਓ ਜਾਣੇ ਕੋਲੋਂ, ਹਾਂ ਬੇਟਾ ਪੰਜਾਬ ਕੌਣ ਚਲਾ ਰਿਹਾ, ਅੱਗੋਂ ਬੱਚੇ ਨੇ ਇਹੀ ਕਹਿਣਾ ਸਿੱਧੂ ਮੂਸੇਵਾਲਾ ਐਂਡ ਬੋਹੇਮੀਆ। ਇੱਕ ਮੈਡਮ ਚਲੀ ਗਈ ਇੱਦਾਂ ਹੀ ਸਿੰਗਿੰਗ ਤੋਂ ਪ੍ਰਭਾਵਿਤ ਬੱਚਾ, ਮੈਡਮ ਜਾ ਕੇ ਪੁੱਛਣ ਲਈ, ਯੈਸ ਵਟ ਯੂਅਰ ਨੇਮ ਬੇਟਾ, ਕਿਹੜਾ ਸਾਡਾ ਨਾਂ ਨਹੀਂ ਜਾਣਦਾ, ਕਿੱਥੇ ਰਹਿੰਦਾ ਤੂੰ, ਮਹਿਫਲ ਮਿੱਤਰਾਂ ਦੀ ਲੱਗਦੀ ਰੋਜ਼ ਚਬਾਰੇ। ਵੀ ਸਟੂਪਿਡ, ਮੈਂ ਤਾਂ ਨਹੀਂ ਪੜ੍ਹਾਉਣਾ ਤੈਨੂੰ, ਮੈਂ ਚੱਲੀ ਇਸ ਕਲਾਸ 'ਚੋਂ, ਘਰ ਤੇਰਾ ਲੱਭ ਲਾਂਗੇ ਬਸ ਨਾਂ ਦੱਸ ਜਾ ਮੁਟਿਆਰੇ। ਕਹਿੰਦੀ ਬੜਾ ਬਦਤਮੀਜ਼ ਹੈਗਾ ਤੂੰ, ਕੱਲ੍ਹ ਆਪਣੇ ਭਾਪੇ ਨੂੰ ਬੁਲਾ ਕੇ ਲਈ, ਮੈਂ ਸ਼ਿਕਾਇਤ ਕਰਨੀ ਹੈ। ਕਹਿੰਦਾ ਪਾਪਾ ਸਾਡਾ ਨਹੀਂ ਮੰਨਦਾ, ਮੈਡਮ ਹੋਰ ਕਿਤੇ ਕਰ ਲੈ ਟਰਾਈਆਂ। ਹੁਣ ਸਿੱਧੂ ਮੂਸੇਵਾਲੇ ਦੇ ਨਾ ਦਿਲ ਦੀ ਧੜਕਣ ਵੱਧ ਗਈ, ਡਾਕਟਰ ਕੋਲ ਚਲਾ ਗਿਆ, ਉਹਨੇ ਡਾਕਟਰ ਨੂੰ ਚੈੱਕਅਪ ਕਰਾਇਆ, ECG ਰਿਪੋਰਟ ਆ ਗਈ, ਤਾਂ ਰਿਪੋਰਟ ਪਤਾ ਕੀ ਆਈ, ਆ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ। ਪੰਜਾਬੀ ਕੌਮ ਹੀ ਇੱਦਾਂ ਦੀ, ਸਾਡਾ ਬਸ ਕਦੀ ਵੇਖ ਲਓ ਖਾਣ ਪੀਣ ਵੱਲ ਧਿਆਨ ਆਈ, ਖਾਣ ਪੀਣ ਹੀ ਆਏ ਹਾਂ, ਕਦੀ ਕਿਸੇ ਨੂੰ ਪੁੱਛ ਲਓ ਕੀ ਕਰੀਦਾ, ਬਸ ਖਾਈ ਪੀਵੀ ਦੀ ਐਸ਼ ਕਰੀਦੀ, ਹੋਰ ਮਾਰੇ ਕਿੱਦਾਂ ਚੱਲਣ ਡਿਆ, ਬਸ ਤਿੰਨ ਟਾਈਮ ਦੀ ਰੋਟੀ ਚੱਲਣ ਡਈ, ਚੱਲਣ ਤਾਂ ਡਈ ਆਉਂਦੀ ਕਿੱਥੋਂ ਆ, ਸਵੇਰੇ ਸਵੇਰੇ ਮਾਂ ਵੀ ਪੁੱਤ ਨੂੰ ਉਠਾਉਂਦੀ ਨਾ, ਮੇਰਾ ਪੁੱਤ ਉੱਠ, ਮੇਰਾ ਪੁੱਤ ਕੀ ਖਾਏਗਾ, ਦੱਸ ਕੀ ਖਾਏਗਾ, ਮੰਮੀ ਕੁਛ ਵੀ ਬਣਾ ਲਓ, ਨਹੀਂ ਨਹੀਂ ਆਪਣੇ ਪੁੱਤ ਦੀ ਮਰਜ਼ੀ ਦਾ, ਦੱਸ ਮੇਰਾ ਪੁੱਤ ਕੀ ਖਾਏਗਾ, ਮੰਮੀ ਇੱਦਾਂ ਕਰੋ ਆਲੂ ਵਾਲੇ ਪਰੌਂਠੇ ਬਣਾ ਲਓ, ਨਾ ਨਾ ਪੁੱਤ ਆਲੂ ਤਾਂ ਮੁੱਕੇ ਹੋਏ ਆ, ਕੁਛ ਹੋਰ ਦੱਸ, ਮੰਮੀ ਇੱਦਾਂ ਕਰੋ ਫਿਰ ਪਨੀਰ ਵਾਲੇ ਬਣਾ ਲਓ, ਨਾ ਪੁੱਤ ਪਨੀਰ ਤਾਂ ਮਹਿੰਗਾ ਬੜਾ, ਮੰਮੀ ਪਿਆਜ਼ ਵਾਲੇ ਬਣਾ ਲਓ, ਪਿਆਜ਼ ਤਾਂ ਹੈ ਹੀ ਨਹੀਂ, ਮੰਮੀ ਫਿਰ ਜਿਹੜੇ ਮਰਜ਼ੀ ਬਣਾ ਲਓ, ਨਾ ਨਾ ਜੋ ਮੇਰਾ ਪੁੱਤ ਕਹੇਗਾ ਉਹੀ ਬਣਾਉਂਗੀ ਮੈਂ। ਤੇ ਅੱਜ ਕੱਲ੍ਹ ਦਿੱਲੀ ਦੇ ਵਿੱਚ ਆਏ ਹੋਏ ਸੀ, ਦਿੱਲੀ ਦੇ ਵਿੱਚ ਨਾ ਓਡ ਈਵਨ ਫਾਰਮੂਲਾ ਚੱਲਣ ਡਿਆ, ਕਿਸੇ ਨੇ ਕੇਜਰੀਵਾਲ ਸਾਹਿਬ ਨੂੰ ਪੁੱਛਿਆ, ਕੇਜਰੀਵਾਲ ਸਾਹਿਬ ਤੁਸੀਂ ਓਡ ਈਵਨ ਸ਼ੁਰੂ ਕਰਤਾ, ਅੱਗੋਂ ਕੇਜਰੀਵਾਲ ਜੀ ਕਹਿੰਦੇ ਦੇਖੀਏ ਮੈਂ ਇਹ ਕਹਿਣਾ ਚਾਹਤਾ ਹੂੰ, ਮੁਝੇ ਲੋਕ ਬੋਲਤੇ ਥੇ ਆਪ ਬੜੀ ਓਡ ਬਾਤੇਂ ਕਰਤੇ ਹੈ, ਈਵਨ ਮੁਝੇ ਵੀ ਲਗਾ ਇਸ ਲਈ ਮੈਨੇ ਓਡ ਈਵਨ ਸ਼ੁਰੂ ਕਰ ਦਿਆ। ਅੱਛਾ KBC ਦੇ ਵਿੱਚ ਅਮਿਤਾਭ ਬੱਚਨ ਜੀ ਨੇ ਕਿਸੇ ਨੂੰ ਸਵਾਲ ਪੁੱਛਿਆ, ਆਪ ਜੀਤ ਚੁੱਕੇ ਹਾਂ 25,000 ਰੁਪਇਆ, ਕਿਆ ਕਰੇਂਗੇ ਇਸ 25,000 ਕਾ, ਉਹ ਕਹਿੰਦਾ ਮਹਾਰਾਜ ਕਰਨਾ ਕੀ ਹੈ, ਮੈਂ ਓਡ ਨੰਬਰ ਦੀ ਗੱਡੀ ਲੈ ਕੇ ਆਇਆ ਦਿੱਲੀ ਤੋਂ ਬੰਬੇ, ਜਿੱਦਣ ਮੈਂ ਜਾਣਾ ਈਵਨ ਡੇ ਆ, ਆ 25,000 ਦਾ ਚਲਾਨ ਹੋਏ ਨਾ ਸਾਰੇ ਪੁਲਿਸ ਨੇ ਖੋਲਣੇ। ਵੈਸੇ ਓਡ ਈਵਨ ਦਾ ਫਾਇਦਾ ਬਹੁਤ ਆ, ਮੈਂ ਕਹਿੰਦਾ ਹਰ ਚੀਜ਼ 'ਤੇ ਅਪਲਾਈ ਹੋ ਜਾਣਾ ਚਾਹੀਦਾ, ਫਾਇਦਾ ਹੀ ਬੜਾ, ਇੱਕ ਦਿਨ ਕੁੜੀਆਂ ਬਾਹਰ ਨਿਕਲਣ, ਓਡੇ 'ਤੇ ਈਵਨ ਡੇ 'ਤੇ ਮੁੰਡੇ, ਛੇੜਖਾਨੀ ਖਤਮ, ਓਡੇ 'ਤੇ ਪਾਣੀ ਪੀਓ ਈਵਨ ਡੇ 'ਤੇ ਨਾ ਪੀਓ ਪਾਣੀ ਦੀ ਸਮੱਸਿਆ ਖਤਮ, ਓਡੇ 'ਤੇ ਖਾਓ ਈਵਨ ਡੇ 'ਤੇ ਭੁੱਖੇ ਰਹੋ ਭੁੱਖ ਮਰੀ ਖਤਮ, ਕੁਛ ਨਹੀਂ ਹੋਣਾ ਸਭ ਕੁਝ ਵਧੀਆ, ਬਸ ਥੋੜ੍ਹਾ ਜਿਹਾ ਫਰਕ ਪੈਣਾ, ਇੱਕ ਦਿਨ ਕਾਰ ਦੂਜੇ ਦਿਨ ਬੇਕਾਰ, ਮਹੀਨੇ 'ਚ ਮਤਲਬ 15 ਦਿਨ ਕਾਰ ਅਤੇ 15 ਦਿਨ ਬੇਕਾਰ, ਪਰ ਮੈਂ ਸਕੀਮ ਲਾ ਲਈ ਹੈ, ਮੈਂ ਕਾਰ ਇੱਕ ਰੱਖੀ ਹੈ, ਨੰਬਰ ਪਲੇਟਾਂ ਦੋ ਬਣਾ ਲਈਆਂ, ਇੱਕ ਈਵਨ ਅਤੇ ਇੱਕ ਓਡ। ਇਸ ਤੋਂ ਪਹਿਲਾਂ ਕਿ ਮੈਂ ਹੋਰ ਓਡ ਗੱਲ ਕਰਾਂ, ਬਾਕੀ ਬਾਈ ਹੁਣ ਤੁਸੀਂ ਦੱਸੋ। ਕਿਉਂਕਿ ਭਾਅ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਜੀ, ਕਿੱਦਾਂ ਦੀ ਲੱਗੀ ਮਿੰਟੋ ਭਾਅ ਜੀ ਪਰਫੋਰਮੈਂਸ? ਇਹਨੇ ਭਾਵੇਂ ਔਡ ਕਹਿਤਾ ਪਰ ਮੈਨੂੰ ਬੜੀ ਈਵਨ ਲੱਗੀ, ਬਰਾਬਰ ਲੱਗੀ ਮਿੰਟ, ਤਾਂ ਬਹੁਤ ਅੱਛੀ ਸੀ, ਔਰ ਕਈ ਸਬਜੈਕਟਸ ਨੂੰ ਟੱਚ ਕੀਤਾ, ਔਰ ਹਿਊਮਰਸ ਗੱਲਾਂ ਵਿੱਚ ਬਹੁਤ ਸੀਗੀਆਂ। ਸਟੈਂਡਅਪ ਦੇ ਵਿੱਚ ਇਹੀ ਹੁੰਦਾ ਕਿ ਤੁਸੀਂ ਲੋਕਾਂ ਨੂੰ ਟੇਕ ਕੇ ਬਹਿਣ ਨਾ ਦਿਓ, ਹੱਸਦੇ ਰਹਿਣ ਲੋਕ ਕੰਟੀਨਿਊਸਲੀ, ਸਬਜੈਕਟ ਤੁਸੀਂ ਜਿੱਥੋਂ ਮਰਜ਼ੀ ਫੜ ਕੇ ਲਿਆਓ, ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਇੱਕੋ ਗੱਲ 'ਤੇ ਤੁਰੇ ਜਾਣਾ। ਸੋ ਇਹਨਾਂ ਨੇ ਡਿਫਰੈਂਟ ਡਿਫਰੈਂਟ ਸਬਜੈਕਟ ਟੱਚ ਕੀਤੇ, ਔਰ ਹਸਾਇਆ ਸਾਨੂੰ ਵੀ ਅਤੇ ਬਾਕੀ ਕੰਟੈਸਟੈਂਟਸ ਨੂੰ ਵੀ, ਜੱਜ ਵੀ ਹੱਸ ਰਹੇ ਸੀ, ਫੌਜਦਾਰ ਸਾਹਿਬ ਦੈਟਸ ਗ੍ਰੇਟ ਆਈ ਥਿੰਕ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਫੌਜਦਾਰ ਸਰ, ਸੱਚਾਈ ਹੈ ਤੁਸੀਂ ਸਟੈਂਡਅਪ ਕਰ ਰਹੇ ਸੀਗੇ, ਸਾਨੂੰ ਵੀ ਲੱਗ ਰਿਹਾ ਸੀਗਾ ਤੁਸੀਂ ਸਟੈਂਡਅਪ ਕਰਦੇ ਪਏ ਹੋ, ਮੁਸ਼ਕਲ ਇਹ ਹੈਗੀ ਹੈ ਭਾਈ, ਕਈ ਤੁਸੀਂ ਪੁਰਾਣੇ ਪੰਚ ਵੀ ਯੂਜ ਕੀਤੇ ਵਿੱਚ, ਸੇ ਸਬਜੈਕਟ ਨਵੇਂ ਲਿੱਤੇ, ਪੁਰਾਣੇ ਪੰਚ ਦਿੱਤੇ, ਕਈ ਪੁਰਾਣੇ ਪੰਚਾਂ ਦੇ ਸਬਜੈਕਟ ਨਵੇਂ ਸੀਗੇ, ਹਾਂ, ਅਤੇ ਉਹਦੇ ਲਈ ਤੁਹਾਨੂੰ ਵਧਾਈਆਂ, ਬਹੁਤ ਸ਼ਾਨਦਾਰ, ਵੈਰੀ ਗੁੱਡ। ਹਰੇ ਸਰ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹੈਲਪ ਐਂਡ ਲੀਬੇ ਪਰਫੋਰਮੈਂਸ ਮੀਟਰ ਦੀ ਗੱਲ ਕਰੀਏ, ਕੁੱਗੀ ਭਾਅ ਜੀ ਸਵੀਟਰ, ਓ ਵਾਹ ਕਿਆ ਬਾਤ ਹੈ, ਮਿੰਟੂ ਭਾਈ ਆ ਗਏ ਹੈ ਜੀ, ਫੌਜਦਾਰ ਸਾਹਿਬ ਕਾਪੀ ਪੇਸਟ ਸਵੀਟਰ ਸਵੀਟਰ ਸਵੀਟਰ, ਆਓ ਬੱਲੇ, ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਮਿੰਟੋ ਬਾਜਲੀ ਜ਼ੋਰਦਾਰ ਤਾੜੀਆਂ।